ਵੈਲਕਮ ਟੂ ਟੁਡੇਜ਼ ਐਡੀਸ਼ਨ ਆਫ ਅਮਰੀਕਨ ਵਿਜ਼ਨ ਆਮ ਹਰਪ੍ਰੀਤ ਸਿੰਘ ਤੂਰ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਸ਼ਲੋਮ ਅਸੀਂ ਅਗਲਾ ਸ਼ੋਅ ਆ ਜਿਹੜਾ ਮੇਰਾ ਉਹ 2019 ਨੈਕਸਟ ਈਅਰ 'ਚ ਜਾ ਪੈਣਾ ਹੈਗਾ ਆ ਸੋ ਜਸਟ ਥੋੜ੍ਹਾ ਜਿਹਾ 2018 ਦੇ ਵਿੱਚ ਕੁਛ ਇੱਕ ਜਿਹੜੀਆਂ ਇੰਪੋਰਟੈਂਟ ਘਟਨਾਵਾਂ ਆਈਆਂ ਹੈਗੀਆਂ ਉਹਨਾਂ ਬਾਰੇ ਆਈ ਵੁੱਡ ਟਾਕ ਅਬਾਊਟ ਦੈਟ ਅਤੇ ਵੱਟ ਟੂ ਐਕਸਪੈਕਟ ਇਨ 2019 ਘਟਨਾਵਾਂ ਜਿਹੜੀਆਂ ਜਾਣ ਕੇ ਪਏ ਮੈਂ ਆਮ ਟਾਕਿੰਗ ਅਬਾਊਟ ਅਮੈਰੀਕਨ ਪੋਲੀਟਿਕਸ ਹੀ ਆ ਹਾਓ 2016 ਤੋਂ ਲੈ ਕੇ ਜਦੋਂ ਦਾ ਦ ਪ੍ਰੈਜੀਡੈਂਟ ਦ ਕਰੰਟ ਪ੍ਰੈਜੀਡੈਂਟ ਡੋਨਲਡ ਟਰੰਪ ਕੇਮ ਦ ਪ੍ਰੈਜੀਡੈਂਟ 2015 ਤੋਂ ਹੀ ਸਟਾਰਟਡ ਹਿਜ਼ ਕੈਂਪੇਨ 2016 ਦੇ ਵਿੱਚ ਇਲੈਕਸ਼ਨ ਹੋਈ ਹੈਗੀ ਆ ਐਂਡ ਤੁਹਾਨੂੰ ਸ਼ਾਇਦ ਕੁਛ ਇੱਕ ਜਿਹੜੇ ਵਿਊ ਰੈਗੂਲਰ ਵਿਊਜ਼ ਹੈਗੇ ਆ ਦੇ ਪ੍ਰੋਬਬਲੀ ਸਟਿਲ ਰਿਮੈਂਬਰ ਕਿ 27 ਅਕਤੂਬਰ 2016 ਨੂੰ ਮੈਂ ਇਸ ਸ਼ੋਅ ਤੋਂ ਮੇਰੇ ਨਾਲ ਪਾਸਵਦੀ ਭੱਟਾਚਾਰੀਆ ਸੀਗੀ ਸੀ ਦ ਡਾਕਟਰ ਵੀ ਡਿਕਲੇਅਰਡ ਕਿ ਟਰੰਪ ਵਿਲ ਵਿਨ ਦੀ ਇਲੈਕਸ਼ਨ ਈਵਨ ਦਾ ਓ ਐਵਰੀਬਾਡੀ ਸੇਇੰਗ ਕਿ ਇਟ ਵਾਜ਼ ਨਾਟ ਗੋਇੰਗ ਟੂ ਹੈਪਨ ਐਂਡ ਇਟ ਡਿਡ ਹੈਪਨ ਦੂਜੀਆਂ ਜਿਹੜੀਆਂ ਗੱਲਾਂ ਕੀਤੀਆਂ ਸੀਗੀਆਂ ਸੀ ਉਹ ਕੀਤੀਆਂ ਸੀਗੀਆਂ ਸੀ ਵੀ ਟੂ ਰਨ ਏ ਬਿਜ਼ਨਸ ਇਟਸ ਡਿਫਰੈਂਟ ਟੂ ਰਨ ਏ ਕੰਟਰੀ ਇਟਸ ਡਿਫਰੈਂਟ ਯਾ ਪੋਲੀਟਿਕਸ ਆ ਜਿਹੜਾ ਇੱਕ ਨਾਂ ਆ ਜਿਹੜਾ ਇਟਸੈਲਫ ਹੈਜ਼ ਬੀਨ ਮੇਡ ਏ ਡਰਟੀ ਨੇਮ ਬਾ ਕਿਉਂਕਿ ਹਰ ਇੱਕ ਬੰਦਾ ਹੈ ਜਿਹੜਾ ਝੂਠ ਬੋਲਦਾ ਉਹਨੂੰ ਕਹਿੰਦੇ ਜੀ ਉਹ ਪੋਲੀਟੀਸ਼ੀਅਨ ਹੈਗਾ ਹੈ ਦੇਰ ਇਜ਼ ਏ ਵੈਰੀ ਫਾਈਨ ਲਾਈਨ ਬਿਟਵੀਨ ਝੂਠ ਬੋਲਣ ਅਤੇ ਪੋਲੀਟੀਸ਼ੀਅਨ ਬਣਨਾ ਪੋਲੀਟਿਕਸ ਕਰਨਾ ਟਰੰਪ ਹੈ ਜਿਹੜਾ ਹੀ ਲਾਈਜ਼ ਆਲ ਦ ਟਾਈਮ ਐਂਡ ਦ ਕੁਐਸਚਨ ਇਜ਼ ਵਿਚ ਆਈ ਸਟਿਲ ਕੈਨ ਨਾਟ ਫਾਈਂਡ ਆਊਟ ਕਿ ਹਾਓ ਕਮ ਪਈ ਇੰਨਾ ਝੂਠ ਬੋਲਣ ਦੇ ਬਾਵਜੂਦ ਵੀ ਦੇਰ ਇਜ਼ ਨੋ ਐਕਸ਼ਨ ਅਗੇਂਸਟ ਹਿਮ ਯਾ ਦੇਰ ਆਰ ਲਾਟ ਆਫ ਕੇਸਿਸ ਗੋਇੰਗ ਆਨ ਸਾਰਿਆਂ ਤੋਂ ਪਹਿਲਾ ਕੇਸ ਜਿਹੜਾ ਸੀਗਾ ਸੀ ਇਟ ਵਾਜ਼ ਅਬਾਊਟ ਦ ਟਰੰਪ ਯੂਨੀਵਰਸਿਟੀ ਜਿਹਦੇ ਵਿੱਚ ਹੀ ਪੇ $25 million ਐਜ਼ ਏ ਫਾਈਨ ਟੂ ਸੈਟਲ ਦੈਟ ਕੇਸ ਹਰ ਇੱਕ ਨੂੰ ਕੁਆਇਟ ਕਰਨ ਲਈ ਜਦਕਿ ਹੀ ਕਲੇਮਸ ਕਿ ਆਈ ਡੋਂਟ ਨੋ ਡੂ ਐਨੀਥਿੰਗ ਦੈਨ ਕੇਮ ਅਪ ਹਿਸ ਟਰੰਪ ਫਾਊਂਡੇਸ਼ਨ ਵਿਚ ਵਾਜ਼ ਏ ਨੋਨ ਪ੍ਰੋਫਿਟ ਔਰਗਨਾਈਜੇਸ਼ਨ ਨਿਊਯਾਰਕ ਦੇ ਵਿੱਚ ਲੋਕੇਟਡ ਸੀ ਇਟ ਗਾਟ ਸ਼ਟ ਡਾਊਨ ਦਿਸ ਮੰਥ ਕਿਉਂ ਕਿਉਂਕਿ ਵਟ ਵਾਜ਼ ਬੀਂਗ ਡਨ ਕਿ ਪੈਸੇ ਆ ਜਿਹੜੇ ਦੇ ਆਰ ਬੀਂਗ ਸੈਂਟ ਇਨ ਟੂ ਨੋਨ ਪ੍ਰੋਫਿਟ ਔਰਗਨਾਈਜੇਸ਼ਨ ਗੈਟਿੰਗ ਟੈਕਸ ਐਗਜ਼ੈਂਪਟ ਸੇਵਿੰਗ ਦਾ ਟੈਕਸ ਮਨੀ ਪਰ ਆਪਣੇ ਵਾਸਤੇ ਸਮਾਨ ਬਾਏ ਕਰਨਾ ਫਰੋਮ ਦੈਟ ਨੋਨ ਪ੍ਰੋਫਿਟ ਔਰਗਨਾਈਜੇਸ਼ਨ ਅਤੇ ਉਹਦੇ ਨਾਲ ਉਹ ਯਾ ਦੇਰ ਵਾਜ਼ ਏ ਇਨਵੈਸਟੀਗੇਸ਼ਨ ਐਂਡ ਇਨ ਇਨਵੈਸਟੀਗੇਸ਼ਨ ਦੇ ਫਾਊਂਡ ਆਊਟ ਅਤੇ ਵਨ ਆਫ ਦ ਥਿੰਗ ਦੇ ਫਾਊਂਡ ਕਿ ਦੇ ਐਗਰੀ ਟੂ ਵਾਜ਼ ਕਿ ਚਲੋ ਠੀਕ ਆ ਵਿਚ ਇਜ਼ ਏ ਸੈਡ ਪਾਰਟ ਇਨ ਏ ਵੇ ਬਟ ਆਈ ਥਿੰਕ ਉਹਨਾਂ ਦੀਆਂ ਲਿਮੀਟੇਸ਼ਨ ਆ ਕਿਉਂਕਿ ਹੀ ਇਜ਼ ਰਾਈਟ ਨਾਓ ਇਜ਼ ਸਿਟਿੰਗ ਪ੍ਰੈਜੀਡੈਂਟ ਕਿ ਹਾਓ ਫਾਰ ਦੇ ਕੈਨ ਗੋ ਕਿੱਥੇ ਕੁ ਤੱਕ ਉਹ ਜਾ ਸਕਦੇ ਹੈਗੇ ਆ ਸੋ ਦੇ ਐਗਰੀ ਟੂ ਸ਼ਟ ਇਟ ਡਾਊਨ ਪੈਨਲਟੀਜ਼ ਵਗੈਰਾ ਜਿਹੜੀਆਂ ਹੈਗੀਆਂ ਦੇ ਵਿਲ ਬੀ ਡਿਸਾਈਡਿਡ ਐਂਡ ਵਟ ਐਵਰ ਇਜ਼ ਡਨ ਅਤੇ ਹੁਣ ਜਿਹੜਾ ਅੱਜ ਜਿਹੜੀ ਕਿ ਚੀਜ਼ ਮੈਨੂੰ ਵਿੱਚ ਰੀਅਲੀ ਬੈਫਲਡ ਮੀ ਵਾਜ਼ ਕਿ ਅਰਲੀ ਦਿਸ ਮੋਰਨਿੰਗ ਸੈਂਡਰਸ ਹੈਕਾਬੀ ਦ ਸੈਕਰਟਰੀ ਜਿਹੜੀ ਹੈਗੀ ਆ ਆਪਣਾ ਪ੍ਰੈਸ ਸੈਕਰਟਰੀ ਫਰੋਮ ਵਾਈਟ ਹਾਊਸ ਸ਼ੀ ਵਾਜ਼ ਔਨ CNN ਅਤੇ ਗੌਰਮੈਂਟ ਸ਼ਟਡਾਊਨ ਦੇ ਬਾਰੇ ਉਹਦੇ ਨਾਲ ਜਾਂ ਗੱਲਬਾਤ ਕੀਤੀ ਗਈ ਦ ਸਟੇਟਮੈਂਟ ਸ਼ੀ ਮੇਡ ਜਿਹੜੀ ਗੱਲ ਉਹਨੇ ਕਹੀ ਹੈਗੀ ਮੈਂ ਉਹੀ ਰਿਪੀਟ ਕਰ ਲਾਂਗਾ ਸ਼ੀ ਸੈਡ ਕਿ ਦ ਇਨਕਮਿੰਗ ਦ ਸਪੀਕਰ ਆਫ ਦ ਹਾਊਸ ਨੈਨਸੀ ਪਲੋਸੀ ਇਜ਼ ਨਾਟ ਲੈਟਿੰਗ ਦ ਬਿੱਲ ਪੈਸ ਪਹਿਲਾ ਝੂਠ ਇਹ ਨੈਨਸੀ ਪਲੋਸੀ ਇਜ਼ ਨਾਟ ਈਵਨ ਅ ਸਪੀਕਰ ਯੈਟ ਸਭ ਤੋਂ ਪਹਿਲਾ ਝੂਠ ਨੰਬਰ 2 ਹਾਊਸ ਦੇ ਵਿੱਚ ਉਹ ਬਿੱਲ ਆ ਜਿਹੜਾ ਜਿਹਦੇ ਕਰਕੇ ਗੌਰਮੈਂਟ ਸ਼ਟ ਕੀਤੀ ਗਈ ਹੈਗੀ ਆ ਉਹ ਆਲਰੇਡੀ ਪਾਸ ਹੋ ਚੁੱਕਾ ਹੈਗਾ ਨੰਬਰ 3 ਸੈਨੇਟ ਹੈ ਜਿਹੜੀ ਉਹਦੇ ਵਿੱਚ ਰਿਪਬਲਿਕਨ ਮੈਜੋਰਟੀ ਹੈਗੀ ਆ ਜਿੱਦਣ ਇਹਨਾਂ ਨੇ ਆਪਣੇ ਮਲਟਾਈ ਬਿਲੀਅਨੇਅਰਸ ਅਤੇ ਮਿਲੀਅਨੇਅਰਸ ਨੂੰ ਟੈਕਸ ਕੱਟ ਦੇਣਾ ਸੀਗਾ ਸੀ ਔਰ ਉਹਨਾਂ ਨੂੰ ਉਹ ਪੈਸੇ ਦੇਣੇ ਸੀਗੇ ਸੀ ਉਦੋਂ ਤਾਂ ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਕਿਉਂ ਹਾਊਸ ਵੀ ਇਹਨਾਂ ਕੋਲ ਸੀ ਜੋ ਕਿ ਅੱਜ ਦੀ ਡੇਟ 'ਚ ਵੀ ਹੈਗਾ ਸੈਨੇਟ ਵੀ ਇਹਨਾਂ ਕੋਲ ਸੀ ਜੋ ਕਿ ਅੱਜ ਦੀ ਡੇਟ 'ਚ ਹੈਗੀ ਆ ਪ੍ਰਧਾਨ ਵੀ ਇਹਨਾਂ ਦਾ ਸੀ ਜੋ ਕਿ ਅੱਜ ਦੀ ਡੇਟ 'ਚ ਵੀ ਹੈਗਾ ਦੇ ਹੈਡ ਆਲ ਦੀ 3 ਥਿੰਗਸ ਪਰ ਜਿਹੜਾ ਨਾ ਫੈਸ਼ਨ ਬਣਾ ਲਿਆ ਇਸ ਚੀਜ਼ ਨੂੰ ਕਿ ਜੀ ਅਸੀਂ ਵਿਰੋਧੀ ਪਾਰਟੀ ਨੂੰ ਹਰ ਤਰ੍ਹਾਂ ਹੀ ਕਸੂਰਬਾਰ ਠਹਿਰਾਉਣਾ ਆ ਮੈਂ ਕੋਈ ਡਿਫੈਂਡ ਨਹੀਂ ਕਰ ਰਿਹਾ ਡੈਮੋਕਰੈਟਸ ਨੂੰ ਕਿਉਂਕਿ ਡੈਮੋਕਰੈਟਸ ਹੈਵ ਦੇਅਰ ਓਨ ਇਸ਼ੂਜ਼ ਦੇਅਰ ਓਨ ਬੈਗੇਜ ਔਰ ਕਈ ਚੀਜ਼ਾਂ ਹੈਗੀਆਂ ਜਿੱਥੇ ਮੈਂ ਉਹਨਾਂ ਨਾਲ ਡਿਫਰ ਕਰਦਾ ਹਾਂ ਬਲੀਵ ਇਟ ਆਰ ਨਾਟ ਆਈ ਕੈਨ ਜੇ ਕਿਸੇ ਨੂੰ ਲੋੜ ਹੋਵੇ ਆਈ ਕੈਨ ਸ਼ੋ ਕਿ ਜਸਟ ਦਿਸ ਵੀਕ ਮੈਂ ਇੱਕ ਈਮੇਲ ਆਈ ਸ਼ਾਟ ਟੂ ਚੱਕ ਸ਼ੂਮਰ ਔਨ ਸਮਥਿੰਗ ਵਿੱਚ ਆਈ ਪਰਸਨਲੀ
believed ke whatever he is doing is not right on certain aspects. But anyway, coming down to the current situation. ਹੁਣ ਗਵਰਨਮੈਂਟ ਸ਼ਟਡਾਊਨ ਦੇ ਨਾਲ ਜਿਹੜਾ ਹੈਗਾ ਆ ਜਿਹੜੀਆਂ ਕੁਛ ਇੱਕ ਸਰਵਿਸਿਜ਼ ਹੈਗੀਆਂ ਆ ਜੋ ਕਿ ਆਮ ਜਨਤਾ ਨੂੰ ਗਵਰਨਮੈਂਟ ਪ੍ਰੋਵਾਈਡ ਕਰਦੀ ਹੈ ਇੱਕ ਤਾਂ ਉਹ ਪੂਰੀਆਂ ਨਹੀਂ ਹੋ ਰਹੀਆਂ ਦੂਜਾ ਜਿਹੜਾ ਹੈਗਾ ਆ ਕੁਛ ਇੱਕ ਸਰਵਿਸਿਜ਼ ਜਿਹੜੀਆਂ ਕਿ ਰਿਕੁਆਇਰਡ ਸਰਵਿਸਿਜ਼ ਆਉਂਦੀਆਂ ਹੈਗੀਆਂ ਆ ਉਹ ਇੰਪਲੋਈ ਆ ਜਿਹੜੇ ਦੇ ਆਰ ਨਾਟ ਗੈਟਿੰਗ ਪੇਡ ਪਰ ਉਹ ਕੰਮ ਕਰ ਰਹੇ ਹੈਗੇ ਆ ਉਹ ਕੌਣ ਆ TSA ਟ੍ਰੈਫਿਕ ਸਿਕਿਉਰਿਟੀ ਜਿਹੜੇ ਆਪਣੇ ਨਾ ਏਅਰਪੋਰਟ ਦੇ ਉੱਤੇ ਜਿਹੜੇ ਟ੍ਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਏਜੰਟਸ ਹੈਗੇ ਆ ਜਿਹੜੇ ਕਿ ਤੁਹਾਡੀ ਸਕਰੀਨਿੰਗ ਕਰਦੇ ਆ ਤੁਹਾਨੂੰ ਸਿਕਿਉਰਿਟੀ ਦੇ ਥਰੂ ਜਾਂਦੇ ਹੈਗੇ ਆ ਆਲ ਦੈਟ ਸਟੱਫ ਜਿਹੜਾ ਵੀ ਤੁਸੀਂ ਕਰਦੇ ਆ ਉਹ ਲੋਕ ਆ ਜਿਹੜੇ ਦੇ ਆਰ ਨਾਟ ਗੈਟਿੰਗ ਪੇਡ ਇੱਥੋਂ ਤੱਕ ਕਿ ਇੱਕ ਸਪੈਸ਼ਲ ਈਵਨ ਟੂ ਸਮ ਆਰਮੀ ਪਰਸਨਲ ਦੇ ਆਰ ਨਾਟ ਗੈਟਿੰਗ ਪੇਡ ਇੱਕ ਸੁਜੈਸਟ ਕੀਤਾ ਗਿਆ ਉਹਨਾਂ ਨੂੰ ਵੀ ਜਿਹਨਾਂ ਨੇ ਜਿਹੜੇ ਕੁਛ ਇੱਕ ਫੈਮਲੀਆਂ ਹੁੰਦੀਆਂ ਜਿਹੜੀਆਂ ਦੇ ਲਿਵ ਫਰੋਮ ਪੇ ਚੈੱਕ ਟੂ ਪੇ ਚੈੱਕ ਡਿਪੈਂਡਿੰਗ ਔਨ ਸਰਕਮਸਟਾਂਸਿਸ ਹੈਪਨਸ ਇਨ ਦ ਲਾਈਫ ਔਰ ਉਸ ਦੇ ਨਾਲ ਤੁਹਾਡੇ ਜਿਹੜੇ ਖਰਚੇ ਹੈਗੇ ਆ ਐਂਡ ਯੂ ਕੈਨੋਟ ਮੈਚ ਦ ਇਨਕਮ ਇਟ ਕੁਡ ਬੀ ਐਨੀਥਿੰਗ ਐਂਡ ਮੋਸਟ ਆਫ ਦਾ ਟਾਈਮ ਇਟ ਹੈਜ਼ ਟੂ ਡੂ ਵਿਦ ਦ ਮੈਡੀਕਲ ਔਰ ਦਾ ਗੈਂਬਲਿੰਗ ਸੋ ਉਹਨਾਂ ਨੂੰ ਸੁਜੈਸਟ ਕੀਤਾ ਗਿਆ ਵੀ ਤੁਸੀਂ ਭਾਈ ਜੇ ਤੁਹਾਡਾ ਪੇਮੈਂਟ ਨਹੀਂ ਮਿਲ ਰਹੀ ਅਤੇ ਰੈਂਟ ਆ ਜਿਹੜਾ ਤਾਂ ਤੁਸੀਂ ਜਿਹੜਾ ਤੁਹਾਡਾ ਲੈਂਡ ਲੋਰਡ ਆ ਤੁਸੀਂ ਉਹਨੂੰ ਕਹੋ ਵੀ ਭਾਈ ਮੇਰੀ ਕਿਉਂਕਿ ਗੌਰਮੈਂਟ ਸ਼ਟਡਾਊਨ ਆ ਮੈਨੂੰ ਪੇਮੈਂਟ ਨਹੀਂ ਮਿਲ ਰਹੀ ਮੈਂ ਰੈਂਟ ਨਹੀਂ ਪੇ ਕਰ ਸਕਦਾ ਪਰ ਔਨ ਬਿਹਾਫ ਆਫ ਦੈਟ ਮੈਂ ਲੇਬਰ ਕਰ ਦਊਂਗਾ ਆਈ ਮੀਨ ਇਟਸ ਰਿਡੀਕੁਲਸ ਬੇਸਿਕਲੀ ਸਵਾਲ ਹੈ ਜਿਹੜਾ ਉਹ ਇਸ ਚੀਜ਼ ਦਾ ਨਹੀਂ ਹੈ ਕਹਿੰਦੇ ਆ ਜਿਹੜੀ ਕਿਉਂਕਿ ਬਰਲਿਨ ਵਾਲ ਹੈ ਜਿਹੜੀ ਮੇਰਾ ਖਿਆਲ ਹੈ ਭਾਈ ਬਹੁਤ ਲੋਕਾਂ ਨੂੰ ਯਾਦ ਹੋਊਗੀ ਅਨਲੈਸ ਕਿ ਯੂ ਆਰ ਬੋਰਨ ਇਨ ਆਊਟ ਸੇ ਮਿਡ 70s 75-76 ਸਾਲ ਸੰਨ ਦੇ ਵਿੱਚ ਜੇ ਬੋਰਨ ਹੋਏ ਆ ਦੇ ਮੇ ਨਾਟ ਰਿਮੈਂਬਰ ਦੈਟ ਪਰ ਉਹ ਤੋਂ ਪਹਿਲਾਂ ਦੇ ਜਿਹੜੇ ਬੋਰਨ ਹੋਏ ਹੈਗੇ ਉਹਨਾਂ ਨੂੰ ਪਤਾ ਹੈ ਕਿ ਹਾਓ ਜਰਮਨੀ ਵਾਸ ਡਿਵਾਈਡਿਡ ਐਂਡ ਹਾਓ ਦਾ ਬਰਲਿਨ ਵਾਲ ਫੈਲ ਐਂਡ ਇਟ ਬਿਕੇਮ ਵਨ ਔਰ ਉਸ ਦੇ ਨਾਲ ਐਕਸਪੈਂਸ਼ਨ ਜਿਹੜੀ ਹੋਈ ਹੈਗੀ ਆ ਟ੍ਰੇਡ ਬੈਰੀਅਰਸ ਆ ਜਿਹੜੇ ਉਹਦੇ ਨਾਲ ਕੀ ਹੋਇਆ ਸੀਗਾ ਅਸੀਂ ਜਿਹੜੇ ਮੁਲਕਾਂ ਦੇ ਵਿੱਚ ਸਰਹੱਦਾਂ ਦੇ ਜਿਹੜੇ ਬੈਰੀਅਰ ਸੀਗੇ ਸੀ ਵਨ ਵੇ ਔਰ ਦੀ ਅਦਰ ਈਦਰ ਦੇ ਵਰ ਐਲੀਮੀਨੇਟਿਡ ਔਰ ਦੇ ਵਰ ਡਿਮਿਨਿਸ਼ਡ ਤਾਂ ਕਿ ਟ੍ਰਾਂਜ਼ਿਟ ਆ ਜਿਹੜਾ ਟ੍ਰਾਂਜ਼ਿਟ ਆਫ ਦਾ ਗੁੱਡਸ ਪ੍ਰੋਪਰਲੀ ਹੋ ਸਕੇ ਔਰ ਮਿਲੀਅਨਸ ਐਂਡ ਮਿਲੀਅਨਸ ਆਫ ਪੀਪਲ ਦੇ ਬੈਨੀਫਿਟਡ ਫਰੋਮ ਦੈਟ ਉਦਾਹਰਣ ਦੇਣ ਵਾਸਤੇ ਜਸਟ ਲੁੱਕ ਐਟ ਆਪਣਾ ਇੰਡੀਆ ਦੇਖ ਲਓ ਤੁਸੀਂ ਹਾਓ ਮੱਚ ਇਟ ਹੈਜ਼ ਪ੍ਰੋਗਰੈਸਡ ਚਾਈਨਾ ਦੇਖ ਲਓ ਤੁਸੀਂ ਹਾਓ ਮੱਚ ਇਟ ਹੈਜ਼ ਪ੍ਰੋਗਰੈਸਡ ਈਵਨ ਐਫਰੀਕਨ ਕੰਟਰੀ ਜਿਹੜੀਆਂ ਹੈਗੀਆਂ ਕੁਛ ਇੱਕ ਦੇ ਹੈ ਪ੍ਰੋਗਰੈਸਡ ਕਿਉਂ ਬਿਕੋਜ਼ ਆਫ ਦੈਟ ਔਰ ਉਹਦਾ ਬੈਨੀਫਿਟ ਆ ਜਿਹੜਾ ਸਾਰਿਆਂ ਤੋਂ ਵੱਡੇ ਬੈਨੀਫਿਸ਼ੀਅਰੀ ਆ ਉਹਨਾਂ ਦੇ ਜਿਹੜੇ ਹੈਗੇ ਉਹ ਅਸੀਂ ਇੱਥੇ ਜਿਹੜੇ ਵੈਸਟਰਨ ਕੰਟਰੀਜ਼ ਦੇ ਵਿੱਚ ਬੈਠੇ ਹਾਂ ਉਹਦੇ ਵਿੱਚ ਮੈਂ ਵੀ ਆਉਂਦਾ ਵੀ ਆ ਕਿਉਂਕਿ ਜਿਹੜੇ ਪ੍ਰੋਡਕਟ ਆ ਉੱਥੇ ਪ੍ਰੋਡਿਊਸ ਕਰਕੇ ਐਟ ਦਾ ਲੋਅਰ ਲੇਬਰ ਕੋਸਟ ਇੱਥੇ ਆ ਕੇ ਸੈੱਲ ਹੁੰਦੇ ਆ ਸ਼ਾਇਦ ਵਾਲਮਾਰਟ ਦੀ ਐਡ ਯਾਦ ਆਊਗੀ ਕਿ ਦੇ ਯੂਜ਼ ਟੂ ਐਡ ਕੇ ਜੀ ਅਸੀਂ ਇਸ ਆਈਟਮ ਦੀ ਪ੍ਰਾਈਸ ਆ ਜਿਹੜੀ 90 cents ਘਟਾਤੀ ਇਸ ਆਈਟਮ ਦੀ 90 cents ਘਟਾਤੀ ਦਾ ਰੀਜ਼ਨ ਵਾਸ ਬਿਕੋਜ਼ ਦਾ ਪ੍ਰੋਡਕਸ਼ਨ ਵਾਸ ਇਨ ਚਾਈਨਾ ਦੇ ਯੂਜ਼ ਟੂ ਸ਼ਿਫਟ ਫਰੋਮ ਦੇਅਰ ਅਤੇ ਇੱਥੇ ਆ ਕੇ ਨੈਚੁਰਲੀ ਆ ਭਈ ਪ੍ਰਾਈਸਿਸ ਦੇ ਵਰ ਰਿਡਿਊਸਿੰਗ ਜਦੋਂ ਦੇ ਦ ਪ੍ਰੈਜੀਡੈਂਟ ਟਰੰਪ ਕੇਮ ਇਨ ਈਵਨ ਦਾ ਹੀ ਸੇਇੰਗ ਕਿ ਮੇਕ ਗ੍ਰੈਟ ਅਮੈਰੀਕਾ ਗ੍ਰੇਟ ਅਗੇਨ ਬਟ ਅਮੈਰੀਕਾ ਇਜ਼ ਨਾਟ ਐਕਚੁਲੀ ਗੈਟਿੰਗ ਟੂ ਏ ਬੈਟਰ ਪੋਜੀਸ਼ਨ ਉਹਦੇ ਦੋ ਤਿੰਨ ਕਾਰਨ ਜਿਹੜੇ ਹੈਗੇ ਆ ਸਾਰਿਆਂ ਤੋਂ ਵੱਡਾ ਜਿਹੜਾ ਕਾਰਨ ਹੈਗਾ ਆ ਉਹ ਇਹੀ ਆ ਭਈ ਜਿੰਨਾ ਚਿਰ ਤੁਸੀਂ ਆਪਣੇ ਜਿਹੜੇ ਮੁਲਕਾਂ ਦੇ ਨਾਲ ਤੁਸੀਂ ਸਾਲਾਂ ਵਧੀ ਸੰਬੰਧ ਬਣਾਈ ਗਏ ਆ ਐਂਡ ਆਲ ਆਫ ਸਡਨ ਯੂ ਆਰ ਲਾਈਕ ਨਹੀਂ ਭਾਈ ਸਾਨੂੰ ਆਹ ਨਹੀਂ ਮਨਜ਼ੂਰ ਸਾਨੂੰ ਆਹ ਨਹੀਂ ਮਨਜ਼ੂਰ ਸਾਨੂੰ ਆਹ ਨਹੀਂ ਮਨਜ਼ੂਰ ਇਹਦੇ ਉੱਤੇ ਐਕਸਟਰਾ ਟੈਕਸ ਲਾ ਦਿਓ ਇਹਦੇ ਉੱਤੇ ਐਕਸਟਰਾ ਟੈਕਸ ਲਾ ਦਿਓ ਫਾਰ ਐਗਜ਼ਾਮਪਲ ਮੈਕਸੀਕੋ ਕੈਨੇਡਾ ਅਤੇ ਯੂਰੋਪੀਅਨ ਕੰਟਰੀਜ਼ ਫਿਰ ਉਹਦੇ ਵਿੱਚੋਂ ਕੀ ਹੋਇਆ ਹੈਗਾ ਆ ਜਿੱਦਾਂ ਸਟੀਲ ਦੇ ਉੱਤੇ ਟਾਰਫ ਲਾਇਆ ਗਿਆ ਹੈਗਾ ਆ ਪਰ ਜਿਹੜੇ ਵੀ ਜਿਹਨਾਂ ਦੀ ਲਾਈਕ ਦੇ ਸੇ ਦੇ ਹੈਡ ਦਾ ਈਅਰ ਆਫ ਦਾ ਪ੍ਰੈਜੀਡੈਂਟ ਉਹ ਜਿਹੜੇ ਬਿਜ਼ਨਸਿਸ ਹੈਗੇ ਆ ਦੇ ਹੈਵ ਬੀਨ ਸਕਸੈਸਫੁਲ ਇਨ ਸਲੈਕਟਿਵਲੀ ਗੈਟਿੰਗ ਦਾ ਟਾਰਫ ਔਰ ਉਸਦਾ ਜਿਹੜਾ ਫਾਇਦਾ ਆ ਉਹ ਬਿਜ਼ਨਸਮੈਨਾਂ ਨੂੰ ਹੋਇਆ ਪੈਸੇ ਆ ਜਿਹੜੇ ਦੇ ਵੈਂਟ ਟੂ ਦੋਜ਼ ਮਿਲੀਅਨੇਅਰਸ ਅਤੇ ਨੁਕਸਾਨ ਹੈ ਜਿਹੜਾ ਉਹ ਤੁਹਾਡੇ ਮੇਰੇ ਵਰਗੇ ਬੰਦੇ ਨੂੰ ਹੋਇਆ ਕਿਉਂਕਿ ਮੈਨੂੰ ਇੰਨਾ ਚੇਤਾ ਵੀ ਮੈਂ ਉਹ ਅਪਲਾਈ ਦੀ ਸ਼ੀਟ ਲੈਣੀ ਸੀਗੀ ਆਈ ਵੈਂਟ ਟੂ ਟੇਕ ਬਾਏ ਦਾ ਅਪਲਾਈ ਸ਼ੀਟ ਅਤੇ ਮੈਨੂੰ ਉਹ ਬੰਦਾ ਕਹਿੰਦਾ ਆਖੇ ਭਈ ਯੂ ਆਰ ਪੇਇੰਗ 30% ਐਕਸਟਰਾ ਹੈਡ ਯੂ ਕਮ ਹੇਅਰ ਯੈਸਟਰਡੇ ਇਟ ਵੁੱਡ ਹੈਵ ਬੀਨ ਚੀਪਰ ਮੈਂ ਕਿਹਾ ਭਈ 24 ਘੰਟਿਆਂ 'ਚ ਕੀ ਹੋ ਗਿਆ
ਕਹਿੰਦਾ ਕਹਿੰਦਾ ਜੀ ਅੱਜ ਸਵੇਰੇ ਆ ਜਿਹੜਾ ਦਾ ਟਾਰਿਫ ਜਿਹੜਾ ਹੈਗਾ ਆ 30% ਔਨ ਐਨੀ ਗੁੱਡਸ ਵਿਚ ਵਰ ਪ੍ਰੋਡਿਊਸਡ ਇਨ ਕੈਨੇਡਾ ਵੁਡਨ ਪ੍ਰੋਡਕਟਸ ਲਾਈਕ ਪਲਾਈ ਇਟ ਵੈਂਟ ਅਪ ਸੋ ਤੁਹਾਨੂੰ ਜ਼ਰੂਰਤ ਆ ਵਟ ਯੂ ਡੂ ਯੂ ਹੈਵ ਨੋ ਚੋਇਸ ਇੱਕ ਹੋਰ ਜਿਹੜੀ ਬੜੀ ਇੰਟਰਸਟਿੰਗ ਡਿਵੈਲਪਮੈਂਟ ਜਿਹੜੀ ਕਿ ਐਵਰੀਬਾਡੀ ਨਿਊ ਅਬਾਊਟ ਇਟ ਬਟ ਇਟ ਜਸਟ ਕੇਮ ਟੂ ਲਾਈਟ ਪ੍ਰੈਕਟੀਕਲੀ ਇਨ ਰਾਈਟਿੰਗ ਕਿ ਨਿਊਯਾਰਕ ਟਾਈਮ ਦੇ ਵਿੱਚ ਆਇਆ ਸੀਗਾ ਸੀ ਕਿ ਇਨ ਲੇਟ 1960 ਜਦੋਂ ਕਿ ਵੀਅਤਨਾਮ ਵਾਰ ਚੱਲ ਰਹੀ ਸੀਗੀ ਸੀ ਐਵਰੀ ਅਮੈਰੀਕਨ ਆਫ ਸਰਟਨ ਏਜ ਗਰੁੱਪ ਵਾਜ ਰਿਕੁਆਇਰਡ ਟੂ ਸਰਵ ਇਨ ਵੀਅਤਨਾਮ ਡੋਨਲਡ ਟਰੰਪ ਐਟ ਦੈਟ ਟਾਈਮ ਕਲੇਮਡ ਕਿ ਉਹਦੇ ਪੈਰ ਦੇ ਵਿੱਚ ਹੀ ਹੈਜ਼ ਏ ਬੋਨ ਸਪਰ ਵਿਚ ਇਜ਼ ਬੇਸਿਕਲੀ ਦਾ ਗਰੋਥ ਆਫ ਦਾ ਬੋਨ ਔਰ ਉਹਦੇ ਨਾਲ ਉਹਦੇ ਕਰਕੇ ਉਹ ਸਰਵਿਸ ਨਹੀਂ ਕਰ ਸਕਦਾ ਐਂਡ ਹੀ ਗਾਟ ਐਗਜ਼ੈਂਪਸ਼ਨ ਬੇਸਡ ਔਨ ਦੈਟ ਇੰਟਰਸਟਿੰਗਲੀ ਉਹ ਡਾਕਟਰ ਆ ਜਿਹੜਾ ਜਿਹਨੇ ਉਹ ਲਿਖ ਕੇ ਦਿੱਤਾ ਸੀ ਜਿਹੜਾ ਫੁੱਟ ਸਪੈਸ਼ਲਿਸਟ ਸੀਗਾ ਸੀ ਹੀ ਡਾਇਡ ਹਿਸ ਡੋਟਰ ਇਜ਼ ਐਕਚੁਲੀ ਮੇਕਿੰਗ ਦੈਟ ਸਟੇਟਮੈਂਟ ਐਂਡ ਟੈਲਿੰਗ ਦੈਟ ਯੈਸ ਮਾਈ ਡੈਡ ਡੂ ਏ ਫੇਵਰ ਕਿਉਂਕਿ ਹੀ ਵਾਜ਼ ਏ ਫਰੈਂਡ ਵਿਦ ਟਰੰਪਸ ਡੈਡ ਸੋ ਇਸ ਵੇਲੇ ਜਿਹੜਾ ਯਾ ਟਰੰਪ ਹੈਡ ਨਾਟ ਵਿਜ਼ਿਟਡ ਦਾ ਫੌਜੀ ਜਿਹੜੇ ਓਵਰਸੀਜ਼ ਹੈਗੇ ਆ ਐਵਰੀ ਪ੍ਰੈਜੀਡੈਂਟ ਡਿਡ ਇਨ ਅਮੈਰੀਕਾ ਐਕਸੈਪਟ ਹਿਮ ਐਂਡ ਹੀ ਡਿਡ ਇਟ ਔਨ 26th ਆਫ ਡਿਸੰਬਰ ਉਹ ਵੀ ਕਿਉਂਕਿ ਹੀ ਵਾਜ਼ ਗੈਟਿੰਗ ਕ੍ਰਿਟੀਸਾਈਜ਼ਡ ਏ ਲਾਟ ਸੋ ਹੀ ਵੈਂਟ ਇਨ ਦੇਅਰ ਸੋ ਨੈਚੁਰਲੀ ਆ ਬਿਕੋਜ਼ ਆਫ ਦਾ ਸਕਿਉਰਿਟੀ ਕੰਸਰਨ ਦੇ ਹੈਵ ਟੂ ਟਰਨ ਆਫ ਦਾ ਲਾਈਟਸ ਆਫ ਦਾ ਪਲੇਨਸ ਐਂਡ ਐਵਰੀਥਿੰਗ ਇਨਕਲੂਡਿੰਗ ਔਰ ਜਦਕਿ ਏਅਰਫੋਰਸ ਵਨ ਹੈਜ਼ ਦਾ ਮੈਕਸੀਮਮ ਸਕਿਉਰਿਟੀ ਹੀ ਮੇਡ ਏ ਸਟੇਟਮੈਂਟ ਕਿ ਮੇਰਾ ਇੱਥੇ ਆਉਣਾ ਜਿਹੜਾ ਹੈਗਾ ਆ ਆਈ ਵਾਜ਼ ਸਕੇਅਰਡ ਆਈ ਮੀਨ ਕਮ ਔਨ ਫੌਜੀਆਂ ਨੂੰ ਉਹਨਾਂ ਨੂੰ ਤੁਸੀਂ ਉੱਥੇ ਜਾ ਕੇ ਦੱਸ ਰਹੇ ਹੋ ਜਿਹੜੇ ਕਿ ਆਪਣੀ ਜਾਨ ਆ ਜਿਹੜੀ ਉਹ ਆਪਣੇ ਉਹ ਕਹਿੰਦੇ ਹੁੰਦੇ ਨਾ ਭਾਈ ਹਥੇਲੀ ਦੇ ਉੱਤੇ ਰੱਖ ਕੇ ਆਏ ਹੈਗੇ ਆਪਣੇ ਤਲੀ ਦੇ ਉੱਤੇ ਆਪਣੀ ਜਾਨ ਰੱਖ ਕੇ ਉਹ ਦੇ ਆਰ ਫਾਈਟਿੰਗ ਦੇਅਰ ਵਾਰ ਵਿਦਆਊਟ ਈਵਨ ਥਿੰਕਿੰਗ ਅਬਾਊਟ ਇਟ ਔਰ ਯੂ ਹੈਵ ਸੱਚ ਏ ਹਾਈ ਸਕਿਉਰਿਟੀ ਐਂਡ ਯੂ ਗੋ ਦੇਅਰ ਐਂਡ ਯੂ ਮੇਕ ਏ ਫਨ ਆਫ ਦੈਟ ਕਮ ਔਨ ਸੋ ਲੈਟਸ ਟੇਕ ਏ ਬ੍ਰੇਕ ਐਂਡ ਬ੍ਰੇਕ ਤੋਂ ਬਾਅਦ ਵੀ ਆਰ ਗੋਇੰਗ ਟੂ ਟਾਕ ਅਬਾਊਟ ਨਿਊ ਡਿਵੈਲਪਮੈਂਟ ਇਨ ਸੀਰੀਆ ਐਂਡ 2019 ਦਾ ਪ੍ਰੋਬੇਬਿਲਿਟੀਜ਼ ਨਾਟ ਦਾ ਪੋਸੀਬਿਲਿਟੀਜ਼ ਦਾ ਪ੍ਰੋਬੇਬਿਲਿਟੀਜ਼ ਵਟ ਕੁਡ ਹੈਪਨ ਆਫਟਰ ਦਾ ਬ੍ਰੇਕ ਵੈਲਕਮ ਬੈਕ ਟੂ ਅਮੈਰੀਕਨ ਵਿਜ਼ਨ ਹੁਣ ਆਪਾਂ ਚੱਲੀਏ 2019 ਦੇ ਵਿੱਚ 2018 ਦੇ ਵਿੱਚ ਇੱਕ ਦੋ ਚੀਜ਼ਾਂ ਜਿਹੜੀਆਂ ਰੀਸੈਂਟਲੀ ਅਨਾਊਂਸ ਕੀਤੀਆਂ ਸੀਰੀਆ ਦੇ ਵਿੱਚੋਂ ਵਿਦਰੋਲ ਆਫ ਦਾ ਟਰੂਪਸ ਯੂ ਐੱਸ ਟਰੂਪਸ ਅਫਗਾਨਿਸਤਾਨ ਦੇ ਵਿੱਚੋਂ ਵੀ ਟੂ ਕੱਟ ਇਟ ਇਨ ਹੈਫ ਸੋ ਬੇਸਿਕਲੀ ਫਸਟ ਲੈਟ ਅਸ ਟੇਕ ਸੀਰੀਆ ਔਰ 2019 'ਚ ਉੱਥੇ ਕੀ ਹੋ ਸਕਦਾ ਸੀਰੀਆ ਦੇ ਵਿੱਚੋਂ ਟਰੂਪਸ ਵਿਦਰੋਅ ਕਰਨ ਤੋਂ ਬਾਅਦ ਇਮੀਡੀਏਟਲੀ ਕਿਉਂਕਿ ਇਟ ਵਾਜ਼ ਕਲੇਮਡ ਬਾਏ ਦਾ ਪ੍ਰੈਜੀਡੈਂਟ ਟਰੰਪ ਕਿ ਟਰਕੀ ਦਾ ਪ੍ਰੈਜੀਡੈਂਟ ਜਿਹੜਾ ਹੈਗਾ ਆ ਅਰਡੋਗਾਨ ਦਾ ਪ੍ਰੈਜੀਡੈਂਟ ਅਰਡੋਗਾਨ ਹੀ ਵਿਲ ਯੂਜ਼ ਹਿਸ ਆਰਮੀ ਟੂ ਫਾਈਟ ਦੀ ਆਈਸਿਸ ਔਰ ਐਕਚੁਲੀ ਸੀਰੀਆ ਦੇ ਵਿੱਚ ਜਿਹੜੀ ਆਈਸਿਸ ਦੀ ਫਾਈਟ ਹੈਗੀ ਆ ਦੈਟ ਇਜ਼ ਬੀਂਗ ਫੋਟ ਬਾਏ ਕੁਰਦ ਜਿਹੜੇ ਹੈਗੇ ਆ ਇਰਾਕ ਅਤੇ ਟਰਕੀ ਅਤੇ ਸੀਰੀਆ ਦਾ ਏਰੀਆ ਹੈਗਾ ਆ ਜਿੱਥੇ ਇਹਨਾਂ ਦੇ ਬਾਰਡਰ ਮਿਲਦੇ ਹੈਗੇ ਤਿੰਨੇ ਕੰਟਰੀਜ਼ ਦੇ ਉੱਥੇ ਕੁਰਦ ਆ ਜਿਹੜੇ ਦੇ ਆਰ ਇਨ ਕੁਆਇਟ ਏ ਨੰਬਰ ਐਂਡ ਦੇ ਵਾਂਟ ਦੇਅਰ ਓਨ ਕੰਟਰੀ ਵਿਦ ਇਨ ਦੈਟ ਔਰ ਇੰਡੀਪੈਂਡੈਂਟ ਏਰੀਆ ਔਰ ਉਸਦੇ ਨਾਲ ਇਮੀਡੀਏਟਲੀ ਐਜ਼ ਸੂਨ ਐਜ਼ ਪ੍ਰੈਜੀਡੈਂਟ ਟਰੰਪ ਡਿਕਲੇਅਰਡ ਕਿ ਸੀਰੀਆ ਦੇ ਵਿੱਚੋਂ ਅਸੀਂ ਆਪਣੇ ਜਿਹੜੇ 2000 ਟਰੂਪਸ ਹੈਗੇ ਆ ਦੋਜ਼ ਹੂ ਆਰ ਹੈਲਪਿੰਗ ਹੀ ਇਜ਼ ਵਿਡਰੋਇੰਗ ਇਮੀਡੀਏਟਲੀ ਉੱਥੇ ਰਸ਼ੀਅਨ ਟਰੂਪਸ ਆ ਜਿਹੜੇ ਦੇ ਆਰ ਡਿਸਟ੍ਰੀਬਿਊਟਿੰਗ ਦਾ ਏਡ ਟੂ ਦਾ ਲੋਕਲ ਕਮਿਊਨਿਟੀਜ਼ ਜਿਹਦਾ ਮਤਲਬ ਇਹ ਆ ਕਿ ਰਸ਼ੀਆ ਆ ਜਿਹੜਾ ਹੀ ਇਜ਼ ਪੁਟਿੰਗ ਹਿਸ ਫੁੱਟ ਇਨ ਦਾ ਦੋਜ਼ ਪਲੇਸਿਸ ਜਿੱਥੇ ਕਿ ਸਿੰਸ ਦਾ ਕਲੈਪਸ ਆਫ ਯੂ ਐੱਸ ਐੱਸ ਆਰ ਇਟ ਹੈਜ਼ ਨਾਟ ਹੈਪਨਡ ਐਡਵਾਂਟੇਜ ਵਲਾਡੀਮਿਰ ਪੁਟਿਨ ਐਡਵਾਂਟੇਜ ਇਰਾਨ ਕਿਉਂਕਿ ਇਰਾਨ ਔਰ ਰਸ਼ੀਆ ਜਿਹੜੇ ਆ ਦੇ ਆਲਵੇਜ਼ ਸਪੋਰਟਡ ਅਸਾਦ ਔਰ ਅਮੈਰੀਕਾ ਵਾਜ਼ ਦਾ ਵਨ ਹੂ ਸੈਡ ਕੇ ਜੀ ਅਸਾਦ ਹੈਜ਼ ਟੂ ਗੋ ਐਂਡ ਆਈ ਆਲਵੇਜ਼ ਸੇ ਕਿ ਕੁਐਸਚਨ ਇਜ਼ ਨਾਟ ਕਿ ਉਹ ਬੰਦਾ ਆ ਜਿਹੜਾ ਉਹ ਕਿੰਨਾ ਚੰਗਾ ਜਾਂ ਮਾੜਾ ਕੁਐਸਚਨ ਇਹ ਆ ਕਿ ਦੋ ਕੋਈ ਵੀ ਜਿਹੜੀ ਬਾਹਰਲੀ ਪਾਵਰ ਆ ਵੈਨ ਦੇ ਵਿਲ ਕਮ ਐਂਡ ਟਰਾਈ ਟੂ ਐਨਫੋਰਸ ਦੇਅਰ ਲੋਜ਼
there are going to be issues, there are going to be the fight, there are going to be the killings, aur ode vich sare to baad jehdi killing hundi hai gi hai ode vich nuksan sab to baad civilians da hunda hai ga, and that's what happened in Syria. Ik to baad ik shehar hai jehda tabah ho gaya hai ga, aur lakhan de hisab naal refugee population hai jehdi went to different areas, different countries, aur jehde mare hai ge ya, we don't know yet, but it is a substantial number, a huge number comparatively. Chahe oh tusi keh lo pe chemical weapons jehde claim kite jande use kite ohde naal hoye aa, chahe oh bombardment jehdi hoyi hai gi by air ohde naal hoyi aa, jaan within their own fights between ISIS and local groups or anybody. So Iran hai jehda always supported Assad, so advantage. Iraq de vich President Trump ਦੀ ਜਿਹੜੀ ਵਿਜ਼ਿਟ ਜਿਹਦੀ ਮੈਂ ਬ੍ਰੇਕ ਤੋਂ ਪਹਿਲਾਂ ਗੱਲ ਕੀਤੀ ਸੀਗੀ ਸੀ ਉਸ ਦਾ ਇਰਾਕ ਦੇ ਜਿਹੜੀ ਐਗਜ਼ਿਸਟਿੰਗ ਗਵਰਨਮੈਂਟ ਹੈਗੀ ਆ ਦੇ ਡਿਡ ਨਾਟ ਲਾਈਕ ਇਟ ਨੰਬਰ 1 ਨੰਬਰ 2 ਜਿਹੜਾ ਇਰਾਕ ਦਾ ਪ੍ਰਾਈਮ ਮਿਨਿਸਟਰ ਆ ਹੀ ਰਿਫਿਊਜ਼ਡ ਟੂ ਮੀਟ ਦਾ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਕਿਉਂਕਿ ਦੇਰ ਵਾਜ਼ ਐਨੀ ਇਸ਼ੂ ਅਬਾਊਟ ਲੋਕੇਸ਼ਨ ਦੈਟਸ ਵਾਟ ਦੇ ਕਲੇਮ ਬਟ ਆਈ ਥਿੰਕ ਇਟ ਗੋਜ਼ ਮੋਰ ਦੈਨ ਦੈਟ ਨਾਟ ਜਸਟ ਦੈਟ ਇਸ਼ੂ ਔਰ ਇਸ ਦੇ ਨਾਲ ਨਾਲ ਹੀ ਜਿਹੜਾ ਹੈਗਾ ਆ ਭਈ ਇੱਕ ਆਰਟੀਕਲ ਆਇਆ ਸੀਗਾ ਸੀ ਐਡੀਟੋਰੀਅਲ ਆਇਆ ਸੀਗਾ ਸੀ ਨਿਊਯਾਰਕ ਟਾਈਮਸ ਦੇ ਵਿੱਚ ਵਨ ਆਫ ਦਾ ਐਡੀਟੋਰੀਅਲ ਜਿਹਦੇ ਵਿੱਚ ਦੇ ਟਾਕਡ ਅਬਾਊਟ ਕਿ ਹਾਓ ਦਾ ਯੂ ਐਸ ਹਾਊਸ ਐਂਡ ਸੈਨੇਟ ਦੇ ਮੇ ਐਕਟ ਐਂਡ ਮੇ ਨਾਟ ਐਕਟ ਔਨ ਟਰੰਪ ਐਂਡ ਹਿਸ ਪੋਲਿਸੀਜ਼ ਜਿਹੜਾ ਜੇਮਸ ਮੈਟਿਸ ਦਾ ਜਿਹੜਾ ਹੈਗਾ ਜਿਮ ਮੈਟਿਸ ਦਾ ਜਿਹੜਾ ਫਾਇਰ ਕਰਨਾ ਹੈਗਾ ਆ ਡਿਫੈਂਸ ਮਿਨਿਸਟਰੀ ਤੋਂ ਦੈਟ ਇਜ਼ ਸਮਥਿੰਗ ਵਿਚ ਨੋ ਬਾਡੀ ਰੀਲੀ ਲਾਈਕਡ ਈਵਨ ਦਾ ਵਿਦ ਇਨ ਦਾ ਰਿਪਬਲਿਕਨਸ ਕਿਉਂ ਕਿਉਂਕਿ ਹੀ ਵਾਜ਼ ਨੋਨ ਐਜ਼ ਏ ਮੈਡ ਡੋਗ ਦਾ ਰੀਜ਼ਨ ਵਾਜ਼ ਕਿਉਂਕਿ ਹੀ ਕਮਿਟਡ ਹਿਮਸੈਲਫ ਟੂ ਦਾ ਕੰਟਰੀ ਐਂਡ ਟੂ ਦੀ ਆਰਮੀ ਨਾਟ ਟੂ ਇੰਡੀਵਿਜੁਅਲ ਈਵਨ ਉਹਦਾ ਜਿਹੜਾ ਰੈਜ਼ਿਗਨੇਸ਼ਨ ਲੈਟਰ ਆ ਉਹਦੇ ਵਿੱਚ ਹੀ ਮੈਂਸ਼ਨ ਦੈਟ ਇਟ ਵਾਜ਼ ਐਨ ਆਨਰ ਟੂ ਸਰਵ ਦਾ ਕੰਟਰੀ ਹੀ ਡਿਡ ਨਾਟ ਮੈਂਸ਼ਨ ਦੈਟ ਇਟ ਵਾਜ਼ ਐਨ ਆਨਰ ਟੂ serve the country with the President Donald Trump. Aur usne keha si main February de end ch resign karna and Trump pushed him out and already had somebody in there as of January 1st. So that shows ke how much love they had among each other. Aur is de naal naal jehda hai ga ya ek hor jehdi bahut important cheez hai gi hai even if the house is with the Democrats and they take the house and they start let us assume they start impeachments. Trump di jehdi support hai gi ya oh that is going to increase may not be substantially par onu fark zarur pena hai ga oh da karan hai jehda oh hai pehla ta Trump di jehdi jeet hai onu dekhiye first of all us nu Hillary Clinton nalo ghat votaan paiyan pehli gal dooji gal ਜਿਹੜੀ ਓਵਰਆਲ ਵੋਟਿੰਗ ਹੈ ਇਟ ਵਾਜ਼ ਇਨ ਦ ਮਿਡ ਫਿਫਟੀਜ਼ ਜੇ ਅਸੀਂ ਉਹਨੂੰ 50-50 ਡਿਵਾਈਡ ਕਰ ਲਈਏ ਬਿਟਵੀਨ ਹਿਲਰੀ ਐਂਡ ਟਰੰਪ ਹੀ ਗੋਟ ਅਬਾਊਟ 26-27% ਵੋਟਸ ਆਫ ਦਾ ਓਵਰਆਲ ਰਜਿਸਟਰਡ ਵੋਟਰਸ ਅਮੈਰੀਕਾ ਦੇ 27% ਦੇ ਵਿੱਚੋਂ ਤਕਰੀਬਨ 30% ਆ ਜਿਹੜੇ ਜਾਂ 32% ਜਾਂ 35% ਆ ਜਿਹੜੇ ਉਹਨੂੰ ਸਪੋਰਟ ਕਰਦੇ ਹੈਗੇ ਆ ਸੋ about 20-21% jehdi population hegi ya maybe even less than that if we start doing the calculations is the population jehdi ke Trump nu actually support kardi ya baki de jehde ya 75%+ ya jehde they oppose it but how the opposition would work kyun kyunki assi there are very few people who are vocal in that ਔਰ ਜਿਹੜੇ ਵੀ ਵੋਕਲ ਹੈਗੇ ਆ ਉਹਨਾਂ ਨੂੰ ਵਨ ਵੇ ਔਰ ਦੀ ਅਦਰ ਇਟ ਇਜ਼ ਆਲਵੇਜ਼ ਫਾਲਸ ਮੀਡੀਆ ਫਾਲਸ ਰਿਪੋਰਟ ਫਾਲਸ ਦਿਸ ਫਾਲਸ ਦੈਟ ਔਰ ਤੀਜਾ ਜਿਹੜਾ ਹੈਗਾ ਆ ਉਹ ਇਹ ਆ ਭਈ ਜੇ ਹਾਊਸ ਜਦ ਡੈਮੋਕ੍ਰੈਟਸ ਟੇਕ ਓਵਰ ਕਰ ਲੈਂਦੇ ਹੈਗੇ ਈਵਨ ਇਫ ਦੇ ਸਕਸੀਡ ਇਨ ਪੈਸਿੰਗ ਕਿ ਟਰੰਪ ਨੂੰ ਅਸੀਂ ਇੰਪੀਚ ਕਰਨਾ ਹੈਗਾ ਆ ਸੈਨੇਟ ਇਜ਼ ਸਟਿਲ ਵਿਦ ਦ ਰਿਪਬਲਿਕਨਸ ਦੇ ਹੈਵ 52 ਸੈਨੇਟਰਸ ਦੇ ਨੀਡ ਟੂ ਹੈਵ two-thirds, which means 66 senators have to say yes to impeach him. And in the House, if it gets passed, they even Senate de vich vi you have to go by the majority, which is 50+1, that's vice president. So how it will work out, I don't know yet. Would there be some Republicans who would like to
ਸੇ ਕਿ ਨੋ ਇਨਫ ਇਜ਼ ਇਨਫ ਆਈ ਡੋਂਟ ਨੋ ਕਾਲ ਆ ਰਹੀ ਸੀ ਕਿਸੇ ਦੀ ਇਟ ਆਲਰੇਡੀ ਗਾਟ ਹੈਂਗਡ ਅਪ ਸੌਰੀ ਫਾਰ ਦੈਟ ਸੋ ਇਟ ਇਜ਼ ਇਟਸ ਸਮਥਿੰਗ ਵਿਚ ਇਜ਼ ਰੀਅਲੀ ਵੀ ਵਿਲ ਸੀ ਜਿੱਦਾਂ ਜਿੱਦਾਂ ਵੀ ਵਿਲ ਮੂਵ ਵੀ ਵਿਲ ਲੁੱਕ ਇਨ ਟੂ ਇਟ ਪਰ ਕੁਛ ਇੱਕ ਚੀਜ਼ਾਂ ਜਿਹੜੀਆਂ ਕਨਫਰਮ ਹੋ ਗਈਆਂ ਹੈਗੀਆਂ ਇੱਕ ਤਾਂ ਇਹ ਆ ਨੈਂਸੀ ਪੈਲੋਸੀ ਇਜ਼ ਡੈਫੀਨੇਟਲੀ ਗੋਇੰਗ ਟੂ ਬੀ ਦ ਸਪੀਕਰ ਆਫ ਦਾ ਹਾਊਸ ਦੇਰ ਆਰ ਗੋਇੰਗ ਟੂ ਬੀ ਇਨਵੈਸਟੀਗੇਸ਼ਨ ਇਨ ਟੂ ਜਿਹੜੀਆਂ ਕਿ ਟਰੰਪਸ ਦੀਆਂ ਪ੍ਰੋਪਰਟੀਜ਼ ਹੈਗੀਆਂ ਜਿਹੜਾ ਉਸਦਾ ਕੰਮ ਬਿਜ਼ਨਸ ਦਾ ਮਾਡਲ ਸੀਗਾ ਸੀ ਇਟ ਵਾਜ਼ ਆਲ ਬੇਸਡ ਔਨ ਫਾਲਸ ਪ੍ਰਜ਼ੰਪਸ਼ਨਸ ਐਂਡ ਫਾਲਸ ਸਬਮਿਸ਼ਨਸ ਆਫ ਦਾ ਰਿਪੋਰਟਸ ਐਂਡ ਐਵਰੀਥਿੰਗ ਇਨਕਲੂਡਿੰਗ ਹੀ ਯੂਜ਼ ਦਾ ਅਟਰਨੀਜ ਹੀ ਯੂਜ਼ ਆਮ ਡੈਫੀਨੇਟ ਹੀ ਯੂਜ਼ ਦੀ ਅਕਾਊਂਟੈਂਟਸ ਆਲਸੋ ਇੱਕ ਨਾ ਉਹ ਮੂਵੀ ਹੈਗੀ ਸੀ ਅਨਫਰਗਿਵਨ ਜਿਹਦੇ ਵਿੱਚ ਆਪਣਾ ਕੈਵਨ ਕੋਸਟਨਰ ਹੈਗਾ ਆ ਵਨ ਆਫ ਦਾ ਮੇਜਰ ਰੋਲ ਵਿਦ ਸ਼ਾਨ ਸੋ ਉਹ ਦੇ ਸ਼ੋਡ ਕਿ ਹਾਓ ਸ਼ਿਕਾਗੋ ਦੇ ਵਿੱਚ ਹਾਫ ਆ ਕੰਟਰੋਲਡ ਮਾਫੀਆ ਅਤੇ ਅਕਾਊਂਟੈਂਟ ਆ ਜਿਹੜਾ ਦੇ ਯੂਜ਼ ਹਿਸ ਬੁੱਕਸ ਟੂ ਫਾਇੰਡ ਆਊਟ ਐਂਡ ਗੈਟ ਹਿਮ ਟੂ ਇਟ ਸੋ ਕੁਡ ਇਟ ਹੈਪਨ ਮੇ ਬੀ ਕਿਉਂਕਿ ਨਿਊਯਾਰਕ ਟਾਈਮਸ ਦੇ ਪਬਲਿਸ਼ਡ ਏ ਲਾਟ ਆਫ ਸਟੱਫ ਕਿ ਹਾਓ ਫਰੋਮ ਜਸਟ $200 million ਹੀ ਬਿਕੇਮ ਵੇਅਰ ਹੀ ਇਜ਼ ਐਂਡ ਲੈਟਸ ਨੋਟ ਫੋਰਗੈਟ ਹੀ ਡਿਕਲੇਅਰਡ ਬੈਂਕਰਪਸੀ ਇਜ਼ ਵਰਥ $4 billion ਆਫ ਡਿਫਰੈਂਟ ਬਿਜ਼ਨਸਿਸ ਐਂਡ ਵੈਨ ਹੀ ਡਿਕਲੇਅਰਡ ਬੈਂਕਰਪਸੀ ਇਨ ਵਨ ਆਫ ਦਾ ਬਿਜ਼ਨਸਿਸ ਹੀ ਵਾਜ਼ ਸਟਿਲ ਗੈਟਿੰਗ ਕਲੋਜ਼ ਟੂ $500,000 ਏ ਯੀਅਰ ਕਿਉਂਕਿ ਹੀ ਵਾਜ਼ ਕੰਪਲੇਨਿੰਗ ਅਬਾਊਟ ਇਟ ਕਿ ਜੀ ਇਹ ਪੈਸਾ ਹੈ ਜਿਹੜਾ ਇਟ ਨਾਟ ਇਨਫ ਟੂ ਮੀਟ ਮਾਈ ਐਕਸਪੈਂਸਿਸ ਸੋ ਯਾ ਯੂ ਗਿਵ ਇਟ ਟੂ ਸੰਬਾਡੀ ਆਮ ਪ੍ਰੈਟੀ ਸ਼ਿਓਰ ਕਿ ਅਬਾਊਟ 80% ਆਫ ਦਾ ਪੀਪਲ ਓਵਰ ਦਾ 30 years ਆਫ ਦਾ ਟਾਈਮ ਦੇ ਵਿਲ ਬਿਕਮ ਬਿਲੀਅਨੇਅਰਸ ਕਿਉਂਕਿ ਯੂ ਜਸਟ ਡੋਂਟ ਹੈਵ ਟੂ ਡੂ ਐਨੀਥਿੰਗ ਜਸਟ ਸਪੈਂਡ ਦਾ ਮਨੀ ਇਨ ਟੂ ਰੀਅਲ ਸਟੇਟ ਸਿਟ ਡਾਊਨ ਐਂਡ ਇੰਜੋਏ ਐਂਡ ਵਰਕ ਔਨ ਦੈਟ ਸੋ ਦੈਟ ਇਜ਼ ਸਮਥਿੰਗ ਵਿਚ ਇਜ਼ ਗੋਇੰਗ ਟੂ ਅਫੈਕਟ ਦੈਟ ਔਰ ਇਸ ਦੇ ਨਾਲ ਇੱਕ ਹੋਰ ਚੀਜ਼ ਜਿਹੜੀ ਹੈਗੀ ਜਿਹੜਾ ਬ੍ਰਿਟਿਸ਼ ਦਾ ਰੋਲ ਹੈਗਾ ਕਿਉਂਕਿ ਬ੍ਰਿਟਿਸ਼ ਆਲਵੇਜ਼ ਹੈਜ਼ ਸਟੂਡ ਵਿਦ ਯੂਨਾਈਟਿਡ ਸਟੇਟਸ ਬ੍ਰਿਟਿਸ਼ ਹੈਜ਼ ਇਟਸ ਓਨ ਇਸ਼ੂ ਦੀਸ ਡੇਜ਼ ਬਿਕੋਜ਼ ਆਫ ਦਾ ਬ੍ਰੈਗਜ਼ਿਟ ਜਿਹੜਾ ਬ੍ਰਿਟਿਸ਼ ਦਾ ਉੱਥੋਂ ਯੂਰਪੀਅਨ ਯੂਨੀਅਨ ਦੇ ਵਿੱਚੋਂ ਐਗਜ਼ਿਟ ਹੈਗਾ ਹੈ ਸੋ ਦੈਟਸ ਵਾਈ ਦਾ ਬ੍ਰੈਗਜ਼ਿਟ ਨੇਮ ਕੇਮ ਅਪ BREXIT ਹਾਓ ਦੈਟ ਪਲੇਸ ਵੀ ਡੋਂਟ ਨੋ ਯੈਟ ਕਿਉਂਕਿ ਥਰੇਸਾ ਮੇ ਦਾ ਪ੍ਰਾਈਮ ਮਿਨਿਸਟਰ ਆਫ ਬ੍ਰਿਟਿਸ਼ ਸ਼ੀ ਕੁਡ ਨਾਟ ਹੈਵ ਇਨਫ ਵੋਟਸ ਇਨ ਪਾਰਲੀਮੈਂਟ ਸੋ ਸ਼ੀ ਹੈਡ ਟੂ ਪੋਸਟਪੋਨ ਇਟ ਔਰ ਬਾਏ 31st March ਦੇ ਹੈਵ ਟੂ ਡਿਸਾਈਡ ਵਨ ਵੇ ਔਰ ਦੀ ਅਦਰ ਟੂ ਹਾਵ ਟੂ ਐਗਜ਼ਿਟ ਦਾ ਯੂਰਪੀਅਨ ਯੂਨੀਅਨ ਔਰ ਸਟੇ ਇਨ ਇਟ ਔਰ ਵਾਟ ਐਵਰ ਸੋ ਦੈਟ ਇਜ਼ ਆਲਸੋ ਗੋਇੰਗ ਟੂ ਅਫੈਕਟ ਹਾਓ ਦਾ ਯੂ ਐਸ ਪੋਲੀਟਿਕਸ ਪਲੇਸ ਇਨ 2019 there is a possibility that Britain may get a new prime minister or a nava prime minister ji aa janda hega ya how he works with the current president of the United States Donald Trump kyunki let's not forget as soon as he got elected he needed somebody to show ke yes I am being accepted as the president by the world and Theresa May was the first one to visit the White House at that time so 2019 if she's not around who is next how it will go we don't know NAFTA the new agreement which Trump signed with Mexico and Canada how it will go kyunki it needs to be ratified in the house and it's not a big change par ki would they succeed we don't know yet so there are so many ifs into it for the impeachment of the Trump if it starts to begin with number 2 if it starts still there is a possibility ke he may get you know the vice president Pence he may say okay you know what I will pardon everything and they come to a deal ke Trump accepts that main te mere parivar hai kise nu hath nahi laya jauga I will resign and let the vice president be the president and let somebody else be the vice president there is a possibility because let's not forget Nixon he ended up resigning but he was pardoned by
the vice president at that time, which was Henry Ford. Even though in writing there is nothing yet, it may come out after we are gone from this world, but ek gal zarur kiti ja rahi hai ki eh bhai they at least somehow agreed with each other. So with that note, you know, let us see how that 2019 happens. To everybody, all the viewers, from me and from Just Broadcasting, happy 2019, happy new year, and till next time, good night and good luck.